ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫਾਰ ਪੰਜਾਬੀ YouTube ਚੈਨਲ ਉੱਪਰ ਇਹ ਚੈਨਲ ਤੇ ਆਪਾਂ ਪੰਜਾਬੀ UGC NET ਸੰਬੰਧੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਮਾਨਸਲ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ ਪਾਕਿਸਤਾਨੀ ਪੰਜਾਬੀ ਸਾਹਿਤ ਦੀ ਨਿਸ਼ਾਨਦੇਹੀ 1947 ਵਿੱਚ ਪਾਕਿਸਤਾਨ ਮੁਲਕ ਦੇ ਹੋਂਦ ਵਿੱਚ ਆਉਣ ਉਪਰੰਤ ਹੁੰਦੀ ਹੈ ਪਾਕਿਸਤਾਨੀ ਸਾਹਿਤ ਮੁੱਖ ਤੌਰ ਤੇ ਇਸਲਾਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਪਾਕਿਸਤਾਨੀ ਪੰਜਾਬੀ ਸਾਹਿਤਾ ਪਿਛੋਕੜ ਭਾਵੇਂ ਮੋਢਲੇ ਪੰਜਾਬੀ ਕਵੀਆਂ ਬਾਬਾ ਫਰੀਦ ਆਦ ਤੱਕ ਜਾ ਉੱਪਰਦਾ ਹੈ ਦੋਸਤੋ ਪਰ ਪਾਕਿਸਤਾਨੀ ਸਾਹਿਤਕਾਰ ਤੇ ਲੋਚਕ ਆਪਣਾ ਪਿਛੋਕੜ ਅਰਬੀ ਤੇ ਫਾਰਸੀ ਨਾਲ ਨਾਤਾ ਜੋੜ ਕੇ ਪੇਸ਼ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਪਾਕਿਸਤਾਨੀ ਪੰਜਾਬੀ ਦੇ ਬਹੁਤੇ ਸਾਹਿਤਕਾਰ ਸਿਰਫ ਉਹਨਾਂ ਇਤਿਹਾਸਕ ਪਰਿਪੇਖਾਂ ਅਤੇ ਆਦਰਸ਼ਾਂ ਵਿੱਚੋਂ ਆਪਣੇ ਸਰੂਕਾਰ ਲੱਭਦੇ ਹਨ ਜਿਸ ਵਿੱਚੋਂ ਇਸਲਾਮੀ ਨਾਇਕ ਪਰੰਪਰਾ ਵਿਦਮਾਨ ਹੁੰਦੀ ਹੋਵੇ ਇਸ ਕਰਕੇ ਜਦੋਂ ਪੁਰਾਣੇ ਸਾਂਝੇ ਪੰਜਾਬੀ ਸਮਾਜ ਸੱਭਿਆਚਾਰ ਦੀ ਗੱਲ ਵੀ ਕਰਦੇ ਹਨ ਤਾਂ ਆਖਰ ਵਿੱਚ ਇਸਲਾਮ ਕੇਂਦਰਿਤ ਹੋ ਕੇ ਨਸਲ ਮੁਕਤਾ ਦਾ ਸ਼ਿਕਾਰ ਹੋ ਨਿਬੜਦੇ ਹਨ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਸਥਾਪਿਤ ਉਰਦੂ ਲੇਖਕਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੀ ਪੁਨਰਜਾਗਰਤੀ ਦੀ ਲਹਿਰ ਤੋਰੀ। ਉਹਨਾਂ ਨੇ ਪੰਜਾਬੀ ਵਿੱਚ ਰਚਨਾਵਾਂ ਸਿਰਜ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਪਾਕਿਸਤਾਨੀ ਸਾਹਿਤਕਾਰਾਂ ਨੇ ਸਾਹਿਤ ਸਿਰਜਣਾ ਕੀਤੀ ਪਰ ਉਸ ਸਮੇਂ ਤੱਕ ਉਹਨਾਂ ਦੁਆਰਾ ਸਿਰਜਿਆ ਗਿਆ ਸਾਹਿਤ ਹਿੰਦੁਸਤਾਨੀ ਸਾਹਿਤ ਹੀ ਸੀ। 1947 ਤੋਂ ਬਾਅਦ ਪਾਕਿਸਤਾਨੀ ਪੰਜਾਬੀ ਕਵੀਆਂ ਦੁਆਰਾ ਰਚੀ ਗਈ ਕਵਿਤਾ ਦੇ ਵਿਸ਼ੇ ਯੂਨੀਵਰਸਲ ਤੋਂ ਹਟ ਕੇ ਨਰੋਲ ਇਸਲਾਮੀ ਦਾਇਰੇ ਵਿੱਚ ਘਿਰ ਕੇ ਰਹਿ ਗਏ। ਇਸੇ ਅਧੀਨ ਦਿਨਾਈ ਕਾਵਦੀ ਕੋਟੀ ਅਧੀਨ ਸਾਹਿਤ ਰਚਿਆ ਗਿਆ। ਦਿਨਾਈ ਕਾਵਤੋ ਭਾਵ ਹੈ ਧਾਰਮਿਕ ਕਾਵ ਜਿਸ ਵਿੱਚ ਹਮਦ ਅਤੇ ਨਾਤ ਕਾਵ ਰੂਪ ਆਉਂਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਕਵਿਤਾ ਅੰਦਰ ਛੰਦਬੱਧ ਕਾਵ ਛੰਦ ਮੁਕਤ ਕਾਵ ਲਮੇਰਾ ਕਾਵ ਆਦ ਕਾਵ ਰੂਪਾਂ ਵਿੱਚ ਵੀ ਕਵਤਾ ਰਚੀ ਗਈ ਅਜਿਹੇ ਵਿੱਚ ਬਹੁਤ ਸਾਰੇ ਅਗਾਂਵਧੂ ਸੋਚਦੇ ਮਾਲਕ ਪਾਕਿਸਤਾਨੀ ਸਾਹਿਤਕਾਰਾਂ ਨੇ ਵੀ ਸਾਹਿਤ ਰਚਨਾ ਕੀਤੀ ਜਿਨ੍ਹਾਂ ਨੇ ਇਸਲਾਮ ਪਰੰਪਰਾ ਦੀ ਸੀਮਾ ਤੋਂ ਅੱਗੇ ਵਧਦੇ ਹੋਏ ਪੰਜਾਬ ਦੀਆਂ ਜੜ੍ਹਾਂ ਨੂੰ ਪਹਿਚਾਣਿਆ ਅਤੇ ਪੰਜਾਬੀ ਦੇ ਵਿਕਾਸ ਵਿੱਚ ਹਿੱਸਾ ਪਾਇਆ ਦੋਸਤੋ ਹੁਣ ਅਸੀਂ ਕੁਝ ਮਹੱਤਵਪੂਰਨ ਪਾਕਿਸਤਾਨੀ ਪੰਜਾਬੀ ਕਵੀਆਂ ਬਾਰੇ ਚਰਚਾ ਕਰਾਂਗੇ ਦੋਸਤੋ ਮੂਲ ਰੂਪ ਵਿੱਚ ਪਾਕਿਸਤਾਨੀ ਕਵਿਤਾ ਦਾ ਮੁੱਢ ਅਹਿਮਦ ਰਾਹੀ ਦੀ ਕਾਵਿ ਪੁਸਤਕ ਤਰਿੰਜਣ ਨਾਲ ਵੱਜਦਾ ਹੈ ਜੋ 1952 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਅਹਿਮਦ ਰਾਹੀ ਦੋਸਤੋ ਅਹਿਮਦ ਰਾਹੀ ਦਾ ਜਨਮ 1923 ਈਸਵੀ ਵਿੱਚ ਹੋਇਆ। ਪਾਕਿਸਤਾਨੀ ਪੰਜਾਬੀ ਕਵਿਤਾ ਦਾ ਮੁੱਢ ਉਸਦੇ ਕਾਵਿ ਸੰਗ੍ਰਹਿ ਤਰਿੰਜਣ ਤੋਂ ਹੀ ਵੱਜਾ। ਉਸ ਤੋਂ ਬਾਅਦ ਉਸਦੇ ਦੋ ਹੋਰ ਕਾਵਿ ਸੰਗ੍ਰਹਿ ਨਿੰਮੀ ਨਿੰਮੀ ਬਾ ਅਤੇ ਰੁੱਤ ਆਏ ਰੁੱਤ ਜਾਏ ਪ੍ਰਕਾਸ਼ਤ ਹੋਏ ਤਰੰਜਨ ਕਾਫ ਸਗਰੇ ਅੰਦਰ ਉਸਨੇ ਦੇਸ਼ਵੰਡ ਦੀ ਮਾਰੂ ਘਟਨਾ ਨੂੰ ਅਸ਼ੋਕੜ ਵਿੱਚ ਰੱਖ ਕੇ ਉਸ ਸਮੇਂ ਪਿੰਡਾਂ ਦੀ ਗਵਾਟ ਦੀ ਜਾ ਰਹੀ ਬਸੋਂ ਤੇ ਫੈਲ ਰਹੀ ਉਦਾਸੀ ਦਾ ਜ਼ਿਕਰ ਕੀਤਾ ਹੈ ਦੇਸ਼ਵੰਡ ਤੋਂ ਇਲਾਵਾ ਸਮਾਜਿਕ ਰਾਜਸੀ ਔਰਤ ਦੀ ਹੋਣੀ ਆਦ ਸਰੋਕਾਰ ਵੀ ਉਸ ਦੀਆਂ ਰਚਨਾਵਾਂ ਦੇ ਵਿਸ਼ਾ ਵਸਤੂ ਬਣਦੇ ਹਨ ਅਹਿਮਦ ਰਾਹੀ ਦੀ ਕਵਿਤਾ ਅੰਦਰ ਸਮਾਜਿਕ ਚੇਤਨਾ ਅਤੇ ਆਸ਼ਾਵਾਦ ਸਿਰਜਣਾ ਦਾ ਮੁੱਖ ਆਧਾਰ ਬਣਦੇ ਹਨ ਸ਼ਰੀਫ ਕੁੰਜਾਹੀ ਦੋਸਤੋ ਸ਼ਰੀਫ ਕੁੰਜਾਹੀ ਦਾ ਜਨਮ 1915 ਈਸਵੀ ਨੂੰ ਪਿੰਡ ਕੁੰਜਾ ਜਲਾ ਗੁਜਰਾਤ ਵਿਖੇ ਹੋਇਆ ਪੰਜਾਬੀ ਵਿੱਚ ਉਸ ਦੀਆਂ ਕਾ ਪੁਸਤਕਾਂ ਜਗਰਾਤੇ 1957 ਈਸਵੀ ਅਤੇ ਔੜ ਕਹੋਂਦੀ ਲੋ ਛਪੀਆਂ ਹਨ ਸ੍ਰੀਪ ਕੁੰਜਾਹੀ ਦੀ ਕਵਿਤਾ ਵਿੱਚ ਉਸ ਵਿਅਕਤੀ ਦੇ ਦਰਦ ਨੂੰ ਬਿਆਨ ਕੀਤਾ ਗਿਆ ਜੋ ਸ਼ਹਿਰੀ ਜੀਵਨ ਦੀ ਬਨਾਵਟ ਤੋਂ ਅੱਕ ਕੇ ਆਪਣੇ ਪਿੰਡ ਦੇ ਸੱਚੇ ਸੁੱਚੇ ਮਾਹੌਲ ਵਿੱਚ ਵਾਪਸ ਪਰਤਣਾ ਚਾਹੁੰਦਾ ਹੈ ਕੁੰਜਾਹੀ ਦੀ ਆਪਣੇ ਦੇਸ਼ ਦੀ ਮਿੱਟੀ ਫਸਲਾਂ ਲੋਕਾਂ ਪ੍ਰਤੀ ਪੂਰੀ ਸਹਾਨੂੰ ਪੂਤੀ ਹੈ ਉਸ ਦੀ ਕਵਿਤਾ ਅੰਦਰ ਦੇਸ਼ ਵੰਡ ਦਾ ਦਰਦ ਝਲਕਦਾ ਹੈ ਉਸ ਦੀ ਨਜ਼ਰ ਵਿੱਚ ਵਤਨ ਇੱਕ ਜਿਸਮ ਵਾਂਗ ਹੈ ਜਿਸ ਦੇ ਟੋਟੇ ਦੋਖਦਾਈ ਹਨ ਉਸ ਦੀ ਕਵਿਤਾ ਦੀ ਮੋਢਲੀ ਪਛਾਣ ਸੱਭਿਆਚਾਰਕ ਅਮੀਰੀ ਤੇ ਰਿਸ਼ਤਿਆਂ ਦੀ ਆਪਸੀ ਗਹਿਰਾਈ ਵਿੱਚ ਨੇਿਤ ਹੈ ਜੋ ਉਸ ਨੂੰ ਆਪਣੀ ਪਿੰਡੂ ਰਹਿਤਲ ਤੋਂ ਦੂਰ ਨਹੀਂ ਹੋਣ ਦਿੰਦੀ ਉਸ ਕੋਲ ਕੁੱਜੇ ਵਿੱਚ ਸਮੁੰਦਰ ਭਰ ਸਕਣ ਦੀ ਕਾਬਲੀਅਤ ਹੈ ਅਫਜ਼ਲ ਪ੍ਰਵੇਸ਼ ਦੋਸਤੋ ਅਫਜ਼ਲ ਪ੍ਰਵੇਸ਼ ਦਾ ਜਨਮ 1917 ਈਸਵੀ ਵਿੱਚ 라ਵਲਪਿੰਡੀ ਵਿਖੇ ਹੋਇਆ ਅਫਜ਼ਲ ਪ੍ਰਵੇਸ਼ ਦੀ ਪਹਿਚਾਨ ਪਰੰਪਰਾਗਤ ਵਸਤਾਂ ਨੂੰ ਨਵੇਂ ਅਰਥ ਪ੍ਰਦਾਨ ਕਰਨ ਨਵੀਂ ਸ਼ਬਦਾਵਲੀ ਦੀ ਵਰਤੋਂ ਲੋਕਧਰਾਈ ਚਿੰਤਕ ਬਣੂ ਹੈ ਅਫਜ਼ਲ ਪਰਵੇਜ਼ ਨੇ ਪੰਜਾਬੀ ਅੰਦਰ ਕਿਕਰਾਂ ਦੀ ਛਾਂ ਅਤੇ ਬਾਣ ਫਲਵਾੜੀ ਕਾਵ ਸੰਗ੍ਰਹਿ ਰਚੇ ਉਹ ਇੱਕ ਪ੍ਰਗਤੀਵਾਦੀ ਸ਼ਾਇਰ ਹੈ ਉਸ ਦੀ ਕਵਿਤਾ ਪਾਠਕਾਂ ਨਾਲ ਸਿੱਧਾ ਰابطਾ ਕਾਇਮ ਕਰਦੀ ਆ ਲਾਇਕ ਬਾਬਰੀ ਦੋਸਤੋ ਲਾਇਕ ਬਾਬਰੀ ਦਾ ਜਨਮ 1934ਵੀਂ ਵਿੱਚ ਹੋਇਆ ਪੰਜਾਬੀ ਵਿੱਚ ਉਸਨੇ ਮਹੱਤਵਪੂਰਨ ਕਾ ਕ੍ਰਿਤੀ ਕੁੱਗੂ ਘੋੜੇ 1971 ਈਸਵੀ ਦੀ ਰਚਨਾ ਕੀਤੀ। ਲਾਇਕ ਬਾਬਰੀ ਦੀਆਂ ਰਚਨਾਵਾਂ ਵਿੱਚ ਚਿੰਨਾ ਦੀ ਵਰਤੋਂ ਦੀ ਪ੍ਰਮਾਰ ਹੈ। ਉਸਦੀ ਕਵਿਤਾ ਲੋਕਧਰਾਈ ਪ੍ਰਤੀਕਾਂ ਦੇ ਨਵੇਂ ਅਰਥ ਸਿਰਜਦੀ ਹੈ। ਉਸਦੀਆਂ ਕਵਿਤਾਵਾਂ ਬਹੁਅਰਥੀ ਹਨ। ਉਸਦਾ ਦੂਸਰਾ ਕਾਵ ਸੰਗ੍ਰਹਿ ਖਿੰਗਰ 1991 ਈਸਵੀ ਵਿੱਚ ਛਪਿਆ ਜੋ ਸੰਪੂਰਨ ਤੌਰ ਤੇ ਰਹਾਸਵਾਦ ਤੋਂ ਪ੍ਰਭਾਵਿਤ ਕਾਵ ਸੰਗ੍ਰਹਿ ਹੈ। ਮਨੀਰ ਨੇਾਜ਼ੀ ਮਨੀਰ ਨੇਾਜ਼ੀ ਦਾ ਜਨਮ 1928 ਇਸਵੀ ਵਿੱਚ ਹੋਇਆ ਪੰਜਾਬੀ ਵਿੱਚ ਉਸਨੇ ਸਫਰ ਦੀ ਰਾਤ 1960 ਇਸਵੀ ਰਸਤਾ ਦੱਸਣ ਵਾਲੇ ਤਾਰੇ 1978 ਇਸਵੀ ਚਾਰ ਚੁੱਪ ਚੀਜ਼ਾਂ ਕਾਵਿ ਪੁਸਤਕਾਂ ਦੀ ਰਚਨਾ ਕੀਤੀ ਮਨੀਰ ਨੇਾਜ਼ੀ ਨੇ ਆਪਣੀਆਂ ਰਚਨਾਵਾਂ ਅੰਦਰ ਜ਼ਿੰਦਗੀ ਦੇ ਜਥਾਰਥ ਨੂੰ ਬੜੇ ਸੋਹਜਮਈ ਢੰਗ ਨਾਲ ਪੇਸ਼ ਕੀਤਾ ਹੈ ਮਨੀਰ ਨੇਾਜ਼ੀ ਦੀ ਕਵਿਤਾ ਉੱਪਰ ਰੂਪਕ ਪੱਖ ਤੋਂ ਪਛਮੀ ਕਵੀ ਬੌਲਟਰ ਡੀ ਲਾ ਮੇਅਰ ਦਾ ਗਹਿਰਾ ਪ੍ਰਭਾਵ ਹੈ ਤਪਤਾ ਦੀ ਛੋਟੀ ਤੋਂ ਛੋਟੀ ਇਕਾਈ ਵਿੱਚ ਵੱਡੀ ਗੱਲ ਕਹਿ ਜਾਣਾ ਉਸ ਦਾ ਬਿਆਨ ਕਰਨ ਦਾ ਵੱਖਰਾ ਅੰਦਾਜ਼ ਹੈ ਦੋਸਤੋ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਵਾਂਗੀ ਉਹ ਬਾਦ ਰਹਿਤ ਕਵੀ ਹੈ ਅਫਜ਼ਲ ਅਹਿਸਨ ਰੰਦਾਵਾ ਅਫਜ਼ਲ ਅਹਿਸਨ ਰੰਦਾਵਾ ਦਾ ਜਨਮ 1937 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੋਇਆ ਉਹ ਮੁੱਖ ਤੌਰ ਤੇ ਇੱਕ ਗਲਪਕਾਰ ਵਜੋਂ ਪ੍ਰਸਿੱਧ ਹੋਇਆ ਕਵਿਤਾ ਦੇ ਖੇਤਰ ਵਿੱਚ ਸ਼ੀਸ਼ਾ 1 ਤੇ ਲਿਸ਼ਕਾਰੇ 2 1965 ਰਾਤ ਦੇ 4 ਸਫਰ 1975 ਪੰਜਾਬ ਦੀ ਵਾਰ 1979 ਮਿੱਟੀ ਦੀ ਮਹਿਕ 1983 ਪਿਆਲੀ ਵਿੱਚ ਤੂਫਾਨ 1983 ਅਤੇ ਛੇਮਾ ਦਰਿਆ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਅਫਜ਼ਲ ਅਹਿਸਨ ਦਾਵਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਕਵੀ ਹੈ ਉਹ ਕਿਰਤੀ ਵਰਗ ਦੇ ਹੱਕ ਵਿੱਚ ਰਚਨਾਵਾਂ ਸਿਰਜਦਾ ਹੈ। ਉਹ ਮਿਹਨਤਕਸ਼ ਲੋਕਾਂ ਨੂੰ ਇਕਜਟ ਹੋਣ ਅਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਘੋਲ ਕਰਨ ਦਾ ਸੁਨੇਹਾ ਦਿੰਦਾ ਹੈ। ਪਿਆਲੀ ਵਿੱਚ ਤੂਫਾਨ ਉਸ ਦਾ ਗਜ਼ਲਾਂ ਦਾ ਸੰਗ੍ਰਹਿ ਹੈ। ਅਹਿਮਦ ਸਲੀਮ। ਦੋਸਤੋ ਅਹਿਮਦ ਸਲੀਮ ਦਾ ਜਨਮ 1945 ਈਸਵੀ ਵਿੱਚ ਹੋਇਆ। ਦੇਸ਼ਵੰਡ ਦੇ ਕਾਰਨ ਮਨੁੱਖੀ ਮਨਾਂ ਵਿੱਚ ਪਏ ਪਾੜਿਆਂ ਦਾ ਜ਼ਿਕਰ ਅਹਿਮਦ ਸਲੀਮ ਨੇ ਆਪਣੀਆਂ ਰਚਨਾਵਾਂ ਵਿੱਚ ਬਾਖੂ ਵੀ ਪੇਸ਼ ਕੀਤਾ ਹੈ ਉਸਨੇ ਪੰਜਾਬੀ ਅੰਦਰ ਨੂਰ ਮਨਾਰੇ ਤਨ ਤੰਬੂਰ ਕੂੰਜਾਂ ਮੋਈਆਂ ਘੜੀ ਦੀ ਟਿਕ ਟਿਕ ਉਦਰੀ ਕਿਤਾਬ ਦੇ ਬੇਤਰਤੀਬੇ ਵਰਕੇ ਆਦ ਕਾ ਪੁਸਤਕਾਂ ਦੀ ਰਚਨਾ ਕੀਤੀ ਦੋਸਤੋ ਉਹ ਰਮਾਂਸਵਾਦੀ ਪ੍ਰਗਤੀਵਾਦੀ ਪ੍ਰਵਿਰਤੀ ਦਾ ਸ਼ਾਇਰ ਹੈ ਉਸ ਦੀਆਂ ਰਚਨਾਵਾਂ ਵਿੱਚ اخਲਾਕੀ ਅਤੇ ਤਰੱਕੀ ਪਸੰਦ ਕਦਰਾਂ ਕੀਮਤਾਂ ਦੇ ਨਾਲ ਨਾਲ ਦੇਸ਼ਵੰਡ ਦਾ ਦੁਖਾਂਤ ਸਾਂਝੀ ਪੰਜਾਬੀ ਰਹਿਤਲ ਅਤੇ ਮੁਹੱਬਤ ਦਾ ਪਾਕ ਜਜ਼ਬਾ ਵਿਸ਼ਾ ਵਸਤੂ ਬਣਦੇ ਹਨ। ਅਹਿਮਦ ਸਲੀਮ ਸਾਂਝੇ ਪੰਜਾਬ ਦਾ ਕਵੀ ਹੈ। ਨਜ਼ਮ ਹਸੈਨ ਸૈયਦ ਨਜ਼ਮ ਹਸੈਨ ਸૈયਦ ਦਾ ਜਨਮ 1936 ਈਸਵੀ ਵਿੱਚ ਬਟਾਲੇ ਵਿਖੇ ਹੋਇਆ। ਨਜ਼ਮ ਹਸੈਨ ਸૈયਦ ਪ੍ਰਸਿੱਧ ਕਵੀ, ਨਾਟਕਕਾਰ ਅਤੇ ਆਲੋਚਕ ਹੈ। ਉਸਨੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਸਥਾਪਿਤ ਕਰ ਲਈ ਹੈ। ਕਪਤਾ ਦੇ ਖੇਤਰ ਵਿੱਚ ਉਸਦੇ ਕਾਫੀਆਂ ਚੰਦਨ ਰੁੱਖ ਤੇ ਬੇੜਾ ਬਾਰ ਦੀ ਵਾਰ ਰੁੱਤ ਦੇ ਕੰਮ ਖੱਪੇ ਸ਼ੀਸ਼ ਮਹਿਲ ਦੀ ਵਾਰ ਆਮ ਦਿਨਾਂ ਦੇ ਨਾਂ ਕਾਲ ਥਾਲ ਖਿਆਲ ਕੇ ਖਿਆਲ ਆਦ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਉਸਦੀ ਸ਼ਾਇਰੀ ਸਮੇਂ ਤੇ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਚਿੱਤਰਦੀ ਹੈ ਉਸ ਨੂੰ ਪੰਜਾਬ ਦੀ ਬੰਡ ਆਪਣੇ ਆਪ ਦੀ ਬੰਡ ਹੋਈ ਮਹਿਸੂਸ ਹੁੰਦੀ ਹੈ ਉਸਦੀ ਕਵਿਤਾ ਵਿੱਚ ਲੁਕਾਈ ਦਾ ਦਰਦ ਸਮਾਇਆ ਹੋਇਆ ਹੈ ਫਕਰ ਜਮਾਨ ਫਕਰ ਜਮਾਨ ਦਾ ਜਨਮ 1942 ਈਸਵੀ ਵਿੱਚ ਗੁਜਰਾਤ ਜਲਾ ਵਿਖੇ ਹੋਇਆ ਦੋਸਤੋ ਉਸਨੇ ਕਵਿਤਾ ਨਾਵਲ ਨਾਟਕ ਅਤੇ ਭਾਰਤਿਕ ਬਹੁ ਵਿਧਾਵਾਂ ਦੇ ਵਿੱਚ ਰਚਨਾ ਕੀਤੀ ਹੈ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸਨੇ ਕਣਸੋ ਵੇਲੇ ਦੀ ਬੰਗਾਰ ਜਵਾਲ ਦੀ ਘੜੀ ਆਦ ਕਾਫ ਸੰਗ੍ਰਹਿਾਂ ਦੀ ਰਚਨਾ ਕੀਤੀ ਉਹ ਨਿਰਾਸ਼ਤਾ ਤੇ ਬੇਵਸੀ ਨਾਲ ਭਰਪੂਰ ਕਵਿਤਾ ਵਿੱਚ ਕਠਾ ਕਿਸ ਦਾ ਰੰਗ ਭਰਨ ਵਾਲਾ ਸ਼ਾਇਰ ਹੈ ਉਹ ਪ੍ਰਤੀਕਵਾਦੀ ਕਵੀ ਹੈ ਉਸਨੇ ਆਪਣੀਆਂ ਰਚਨਾਵਾਂ ਵਿੱਚ ਪਾਕਿਸਤਾਨ ਦੇ ਸਮਾਜਿਕ ਢਾਂਚੇ ਨੂੰ ਜਥਾਰਥਮਈ ਰੂਪ ਵਿੱਚ ਪੇਸ਼ ਕੀਤਾ ਹੈ ਬਿਆੰਗ ਉਸ ਦੀਆਂ ਕਵਿਤਾਵਾਂ ਵਿੱਚ ਬਖੂਬੀ ਰੂਪ ਵਿੱਚ ਖੜਦਾ ਹੈ ਉਸ ਦੀ ਕਵਿਤਾ ਜਥਾਰਥਵਾਦੀ ਪ੍ਰਯੋਗਸ਼ੀਲ ਪ੍ਰਵਿਰਤੀ ਦੀ ਧਾਰਨੀ ਹੈ ਨਸਰੀਨ ਅੰਜਮ ਪੱਟੀ ਦੋਸਤੋ ਨਸਰੀਨ ਅੰਜਮ ਪੱਟੀ ਦਾ ਜਨਮ 1948 ਈਸਵੀ ਵਿੱਚ ਹੋਇਆ ਕਵਿਤਾ ਦੇ ਖੇਤਰ ਵਿੱਚ ਉਸਦੇ ਦੋ ਕਾਵ ਸੰਗ੍ਰਹਿ ਨੀਲ ਕਰਾਈਆਂ ਨੀਲਕਾਂ ਅਤੇ ਅਠੇ ਪਹਿਰ ਤਰਾ ਪ੍ਰਕਾਸ਼ਿਤ ਹੋਏ ਹਨ ਉਸ ਦੀ ਕਵਿਤਾ ਵਿੱਚ ਔਰਤ ਦਾ ਦਰਦ ਵੀ ਸ਼ਾਮਲ ਹੈ ਅਤੇ ਉਸ ਦੀ ਉਡਾਨ ਵੀ ਔਰਤ ਦੀ ਸਥਿਤੀ ਲਈ ਉਹ ਪੂਰੀ ਕੌਮ ਨੂੰ ਹੀ ਦੋਸ਼ੀ ਮੰਨਦੀ ਹੈ ਜੋ ਖੁਦ ਹੀ ਨਮੋਸੀ ਦਾ ਸ਼ਿਕਾਰ ਹੈ ਉਸਨੇ ਕਾਵ ਖੇਤਰ ਵਿੱਚ ਅਪਰੋਚ ਪੋਇਟਰੀ ਦਾ ਨਵਾਂ ਤਜਰਬਾ ਕੀਤਾ ਦੋਸਤੋ ਨਸਰੀਨ ਅੰਜਮ ਪੱਟੀ ਨੇ ਮੀਰਾ ਵਾਈ ਦੇ ਭਜਨਾ ਦਾ ਸ਼ਾਹਮੁਖੀ ਵਿੱਚ ਰੂਪਾਂਤਰਣ ਕੀਤਾ ਉਹ ਸਹਿਜ ਭਾਵ ਵਿੱਚ ਕਾਵ ਰਚਨਾ ਕਰਨ ਵਾਲੀ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਕਵਿਤਰੀ ਹੈ ਅਹਿਮਦ ਜਫਰ ਦੋਸਤੋ ਅਹਿਮਦ ਜਫਰ ਦਾ ਜਨਮ 1926 ਸਵੀ ਵਿੱਚ ਹੋਇਆ ਪੰਜਾਬੀ ਅੰਦਰ ਉਸ ਦੇ ਬੇਲੇ-ਵੇਲੇ ਅੱਖ دریا ਵਿੱਚ ਸੂਰਜ ਬੋਲੇ ਪਤਨ-ਪਤਨ ਬੋਲ ਅਡੋਲ ਕਾਵ ਸੰਗ੍ਰਹਿ ਛਾਪੀ ਅਹਿਮਦ জাফর ਨੇ ਨਿੱਜੀ ਪਿਆਰ ਦੀ ਪੀੜਾ ਨੂੰ ਆਪਣੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਬਣਾਇਆ ਤਨਹਾਈ ਉਦਾਸੀ ਤੇ ਬਰਬਾਦੀ ਉਸ ਦੀਆਂ ਕਵਿਤਾਵਾਂ ਦਾ اٹਟ ਅੰਗ ਹਨ ਉਸ ਦੁਆਰਾ ਵਰਤਿਆ ਬੇਲੇ ਦਾ ਚਿੰਨ ਉਸ ਸਮਾਜ ਦਾ ਪ੍ਰਤੀਕ ਹੋ ਨਿਭੜਿਆ ਹੈ ਜਿੱਥੇ ਕੋਈ ਪਿਆਰ ਸਿਰੇ ਨਹੀਂ ਚੜਦਾ। ਬਾਬਾ ਨਜਮੀ। ਦੋਸਤੋ ਬਾਬਾ ਨਜਮੀ ਦਾ ਜਨਮ 1948 ਵਿੱਚ ਲਾਹੌਰ ਵਿਖੇ ਹੋਇਆ। ਉਸ ਦਾ ਪੱਕਾ ਨਾਮ ਬशीर हुसैन ਹੈ। ਬਾਬਾ ਨਜਮੀ ਨਾਮ ਨਾਲ ਹੀ ਉਹ ਪੰਜਾਬੀ ਕਵੀਆਂ ਅਤੇ ਪੰਜਾਬੀ ਸਰੋਤਿਆਂ ਵਿੱਚ ਮਸ਼ਹੂਰ ਹੈ। ਬਾਬਾ ਨਜਮੀ ਪਾਕਿਸਤਾਨੀ ਪੰਜਾਬੀ ਕਵਿਤਾ ਅੰਦਰ ਇੱਕ ਇਨਕਲਾਬੀ ਸ਼ਾਇਰ ਹੈ। ਉਸਦੇ ਤਿੰਨ ਕਾਵ ਸੰਗ੍ਰਹਿ ਅੱਖਰਾਂ ਵਿੱਚ ਸਮੁੰਦਰ ਸੋਚਾਂ ਵਿੱਚ ਜਹਾਨ ਅਤੇ ਮੇਰਾ ਨਾਂ ਇਨਸਾਨ ਪ੍ਰਕਾਸ਼ਿਤ ਹੋ ਚੁੱਕੇ ਹਨ ਦੋਸਤੋ ਉਹ ਇੱਕ ਦਲੇਰ ਕਵੀ ਹੈ ਉਹ ਆਮ ਸ਼ਾਇਰਾਂ ਵਾਂਗ ਡਰ ਡਰ ਕੇ ਜਾਂ ਪ੍ਰਤੀਕਮਈ ਰੂਪ ਵਿੱਚ ਸਰਕਾਰ ਦੀਆਂ ਬਧਿਕੀਆਂ ਜ਼ਬਰ ਜ਼ੁਲਮ ਤੇ ਨਾ ਇਨਸਾਫੀ ਦਾ ਇਜਹਾਰ ਨਹੀਂ ਕਰਦਾ ਸਗੋਂ ਇੱਕ ਜੋਧੇ ਵਾਂਗ ਲਲਕਾਰਦਾ ਹੈ ਉਹ ਪਾਕਿਸਤਾਨ ਦਾ ਇਕੱਲਾ ਜਿਹਾ ਕਵੀ ਹੈ ਜੋ ਹਰ ਜ਼ੁਲਮ ਤੇ ਜ਼ਾਲਮ ਦਾ ਖੁੱਲ੍ਹਮ ਖੁੱਲਾ ਵਿਰੋਧ ਕਰਦਾ ਹੈ ਧੰਨਵਾਦ